ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਟੋਅ ਕਰਦੀ ਹੈ। ਅੱਜ ਉਸ ਗੱਡੀ ਦਾ ਹੀ ਜਿਹੜਾ ਆਖਿਰਕਾਰ ਚਲਾਨ ਕਰ ਦਿੱਤਾ ਗਿਆ। ਟੋਅ ਕਰਨ ਵਾਲੀ ਗੱਡੀ ਦਾ ਚਲਾਨ ਹੋ ਗਿਆ ਜੀ। ਗਲਤੀ ਕਰੂਗਾ ਤੇ ਚਲਾਨ ਤੇ ਹੋਣਾ ਹੀ ਆ ਜੀ। ਗੱਡੀ ਦਾ ਚਲਾਨ ਕੱਟਾਂਗੇ, ਇਹਦਾ ਆਰਸੀ ਵੇਖਾਂਗੇ, ਆਰਸੀ ਜੇ ਨਹੀਂ ਹੋਊਗਾ ਬਾਉਂਡ ਕਰਾਂਗੇ। ਤੁਹਾਡਾ ਚਲਾਨ ਹੋਏਗਾ ਜੀ? ਐ ਨਹੀਂ ਮੇਰੀ ਰਿਸੀ, ਡਿਜੀਟਲ ਨੰਬਰ ਪਲੇਟ ਆ, ਸਪੀਕਰ ਲਾਇਆ ਗਿਆ ਆਰ ਜੀ, ਸ਼ਾਇਦ ਆਰ ਸੀ ਵੀ ਇਹਦੀ ਹੋ ਸਕਦਾ। ਇਹ ਗੱਡੀ ਜਿਹੜੀ ਹੈ ਇੱਥੋਂ ਟੋਅ ਕਰਕੇ ਲਿਜਾਣ ਲੱਗੇ ਸੀ, ਜਿਸ ਦਾ ਵਿਰੋਧ ਕੀਤਾ ਗਿਆ, ਪੇਪਰ ਦਿਖਾਉਣ ਦੀ ਮੰਗ ਕੀਤੀ ਗਈ, ਜੋ ਮੌਕੇ 'ਤੇ ਉਹ ਡਰਾਈਵਰ ਨਹੀਂ ਦਿਖਾ ਸਕਿਆ। ਮੌਜੂਦ ਆ ਅੰਮ੍ਰਿਤਸਰ ਦੇ ਕਚਹਿਰੀ ਚੌਂਕ, ਜਿੱਥੇ ਮਾਹੌਲ ਕੁਛ ਗਰਮਾਇਆ ਨਜ਼ਰ ਆ ਰਿਹਾ, ਔਰ ਕਾਰਨ ਹੈ ਇੱਕ ਰੋਂਗ ਪਾਰਕ ਕੀਤੀ ਗਈ ਗੱਡੀ ਨੂੰ ਟ੍ਰੈਫਿਕ ਪੁਲਿਸ ਲਿਖੀ ਹੋਈ ਹੈ, ਗੱਡੀ ਟੋਅ ਕਰਕੇ ਲਿਜਾ ਕੇ ਜਾਂਦੀ ਹੈ ਤਾਂ ਗੱਡੀ ਦਾ ਮਾਲਕ ਅਤੇ ਪੂਰੀ ਮਾਰਕੀਟ ਆ ਕੇ ਰੋਲਾ ਪਾਉਂਦੀ, ਕਿਉਂਕਿ ਉਹ ਬੰਦਾ ਮੈਡੀਸਨ ਲੈਣ ਆਇਆ ਸੀ ਔਰ ਬਿਨਾਂ ਕਿਸੇ ਵਾਰਨਿੰਗ ਦਿੱਤੇ ਆ ਉਹਨੂੰ ਇੱਕ ਡੇਢ ਮਿੰਟ 'ਚ ਉਸਦੀ ਗੱਡੀ ਜਿਹੜੀ ਹੈ ਟੋਕ ਕਰਕੇ ਲਿਜਾਣ ਲੱਗੇ ਸੀ। ਪਰ ਜਦੋਂ ਇਹ ਗੱਡੀ ਚੈੱਕ ਕੀਤੀ ਗਈ ਤਾਂ ਇਸ ਗੱਡੀ ਦੀ ਜਿਹੜੀ ਨੰਬਰ ਪਲੇਟ ਆ ਉਹ ਵੀ ਆਰ ਜੀ ਹੈ, ਬੈਕ ਸਾਈਡ 'ਤੇ ਸਟੀਕਰ ਔਰ ਜਿਹੜਾ ਲਾਇਸੈਂਸ, ਇੱਕ ਮਿੰਟ ਦਿਖਾ ਸਕਦੇ, ਆਹ ਲਾਇਸੈਂਸ ਹੈ ਉਸ ਗੱਡੀ ਦਾ ਜਿਹੜਾ ਟੋਅ ਵਾਲੀ ਗੱਡੀ ਹੈ, ਜਿਹੜੀ ਗੱਡੀ ਹੈ ਟੋਅ ਕਰਕੇ ਲਿਜਾ ਰਹੀ ਹੈ, ਟ੍ਰੈਫਿਕ ਪੁਲਿਸ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀ ਗੱਡੀ ਨੂੰ ਟੋਅ ਕਰਨ ਵਾਲੀ ਗੱਡੀ ਦੇ ਡਰਾਈਵਰ ਦਾ ਲਾਇਸੈਂਸ ਹੈ, ਜਿਹੜਾ ਲਾਈਟ ਵਹੀਕਲ ਲਾਇਸੈਂਸ ਹੈ, ਔਰ ਇਸ ਦੀ ਫੋਟੋ ਵੀ ਜਿਹੜੀ ਹੈ, ਯਾਨੀ ਕਿ ਲਾਇਸੈਂਸ ਕਾਫੀ ਹੱਦ ਤੱਕ ਸੰਭਾਵਨਾ ਕਿ ਫੇਕ ਹੈ। ਔਰ ਹੁਣ ਲੋਕਾਂ ਨੇ ਜਦੋਂ ਵਿਰੋਧ ਕੀਤਾ ਕਿ ਪ੍ਰਾਈਵੇਟ ਗੱਡੀ ਵੱਲੋਂ ਥਾਂ ਥਾਂ 'ਤੇ ਟ੍ਰੈਫਿਕ ਅੰਮ੍ਰਿਤਸਰ ਔਰ ਆਰ ਜੀ ਨੰਬਰ ਪਲੇਟਾਂ ਲਗਾਈਆਂ ਗਈਆਂ, ਅਤੇ ਹੁਣ ਸ਼ਾਇਦ ਇਸ ਗੱਡੀ ਦਾ ਚਲਾਨ ਕੀਤਾ ਜਾ ਰਿਹਾ ਜੀ। ਹਾਂਜੀ, ਇਹ ਵੀ ਆਪਣੇ ਆਪ 'ਚ ਇੱਕ ਵੱਡੀ ਖਬਰ ਹੈ ਕਿ ਟੋਅ ਕਰਨ ਵਾਲੀ ਗੱਡੀ ਦਾ ਚਲਾਨ ਹੋ ਗਿਆ ਜੀ। ਗਲਤੀ ਕਰੂਗਾ ਤਾਂ ਚਲਾਨ ਤਾਂ ਹੋਣਾ ਹੀ ਆ ਜੀ। ਬਿਲਕੁਲ, ਇਹ ਅੰਮ੍ਰਿਤਸਰ ਟ੍ਰੈਫਿਕ ਪੁਲਿਸ ਨੇ ਅੱਜ ਇੱਕ ਐਗਜ਼ਾਮਪਲ ਸੈੱਟ ਕਰਤੀ ਜੀ। ਅਸੀਂ ਲੋਕਾਂ ਨੂੰ ਸਿਖਾ ਰਹੇ ਹਾਂ ਵੀ ਤੁਸੀਂ ਗੱਡੀਆਂ ਨਾ ਰੌਂਗ ਲਾਓ, ਅਤੇ ਜੇ ਆਪਾਂ ਗਲਤੀ ਕਰਾਂਗੇ ਚਲਾਨ ਸਾਡਾ ਜ਼ਰੂਰ ਹੋਊਗਾ, ਠੀਕ ਹੈ ਨਾ? ਬੜੀ ਮਾੜਾ ਦੱਸ ਦਿਓ ਜੀ, ਕਰੀ ਕੀ ਮਾਮਲਾ, ਸਾਰੇ ਚਲਾਨ ਕਿਉਂ ਕੱਟੇ ਜਾ ਰਹੇ ਆ? ਹਾਂਜੀ, ਸਾਡੇ ਸਾਹਮਣੇ ਆ, ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ, ਤੁਸੀਂ ਜ਼ਿਆਦਾ ਦੱਸ ਦਿਓ ਕੀ ਕੀ ਗੱਲਾਂ ਕਾਰਨ ਕੀ ਕਰਦੇ ਤੇ ਚਲਾਨ ਜਦੋਂ ਕੱਟਾਂਗਾ ਜੇ ਡਾਕੂਮੈਂਟ ਸਾਰੇ ਚੈੱਕ ਕਰਾਂਗੇ ਫਿਰ ਜਿਹੜੀ ਜਿਹੜੀ ਬਣਦੀ ਕਰ ਰਹੇ ਕਰਦੇ। ਹੁਣ ਕੀ ਕਰ ਰਹੇ ਹੋ? ਹੁਣ ਤੇ ਚਲਾਨ ਹੀ ਕੱਟ ਰਹੇ ਆ, ਜੇ ਉਹਨਾਂ ਦਾ ਐਡਰੈਸ ਲਿਖਿਆ, ਬਾਕੀ ਸਾਰਾ ਉਹਨਾਂ ਦਾ ਲਿਖ ਕੇ ਲਾਈਸੈਂਸ ਠੀਕ ਨਹੀਂ ਲੱਗ ਰਿਹਾ ਨਾ, ਫੇਕ ਲੱਗ ਰਿਹਾ। ਜੇ ਫੇਕ ਹੋਏਗਾ ਤੇ ਚਲਾਨ ਇਹਦਾ ਵੀ ਹੋ ਜੂਗਾ। ਜੋ ਜੋ ਗੱਡੀ ਹੁਣ ਕੀ ਕਰ ਰਹੇ ਹੋ? ਗੱਡੀ ਦਾ ਚਲਾਨ ਕੱਟਾਂਗੇ, ਇਹਦਾ ਆਰਸੀ ਵੇਖਾਂਗੇ, ਆਰਸੀ ਜੇ ਨਹੀਂ ਹੋਊਗਾ ਬਾਉਂਡ ਕਰਾਂਗੇ, ਜੋ ਵੀ ਕਾਰਵਾਈ ਬਣੀ ਜੋ ਗੱਡੀ ਬਾਉਂਡ ਵੀ ਹੋ ਸਕਦੀ ਹੋ ਸਕਦੀ ਹੈ। ਤੁਹਾਡਾ ਚਲਾਨ ਹੋਇਆ ਭਾਜੀ? ਕੋਈ ਗੱਲ ਨੀ, ਤੁਸੀਂ ਆਪਣਾ ਲਾਇਸੈਂਸ ਵਿਖਾ ਦਿਓ। ਜਿਨ੍ਹਾਂ ਨੇ ਆ ਕੇ ਸਾਡੀ ਬਾਹ ਫੜੀ ਤੇ ਸਾਡੀ ਆਵਾਜ਼ ਨੂੰ ਬੁਲੰਦ ਕੀਤਾ, ਅਸੀਂ ਸਾਰਿਆਂ ਦਾ ਬਹੁਤ ਧੰਨਵਾਦ। ਬਿਲਕੁਲ, ਇੱਕ ਵਾਰੀ ਫਿਰ ਤੋਂ ਸਾਰੀ ਖਬਰ ਜਿਹੜੀ ਹੈ ਤਸਵੀਰ ਜਿਹੜੀ ਉਹ ਸਾਂਝੀ ਕਰਨੀ ਚਾਹਾਂਗੇ ਕਿ ਆਹ ਗੱਡੀ ਜਿਹੜੀ ਗੱਡੀ ਤੁਹਾਡੀ ਟੋਅ ਕੀਤੀ ਗਈ ਸੀ ਉਹ ਕਿੱਥੇ ਹੈ? ਇਹ ਡਿਜੀਟਲ ਨੰਬਰ ਪਲੇਟ ਹੈ, ਸਪੀਕਰ ਲਾਇਆ ਗਿਆ,
ਆਰਜੀ ਸ਼ਾਇਦ ਆਰਸੀ ਵੀ ਇਹਦੀ ਹੋ ਸਕਦਾ ਕਿ ਚਲਾਈ ਨਹੀਂ ਸਕਦੇ, ਲੀਗਲੀ ਚਲਾਈ ਨਹੀਂ ਜਾ ਸਕਦੀ। ਇਹਨਾਂ ਦੀਆਂ 5-6 ਗੱਡੀਆਂ ਜਿਹੜੀਆਂ ਇਹੋ ਹੀ ਇਸੇ ਨੰਬਰ ਦੀਆਂ, ਮੇਰੇ ਕੋਲ ਨੰਬਰ ਵੀ ਹੈਗੇ ਸਰ। ਇੱਕ ਵਾਰੀ ਤਾਂ ਗੱਡੀ 'ਚ ਕੁੱਤਾ ਬੈਠਾ ਸੀ, ਗੱਡੀ 'ਚ ਕੁੱਤੇ ਵਾਲੀ ਚਲੇ ਗਈ, ਮੇਰੇ ਕੋਲ ਵੀਡੀਓ ਹੈਗੀ ਹੈ, ਕੁੱਤਾ ਵਿੱਚ ਬੈਠਾ ਹੈ। ਬਿਲਕੁਲ ਇਹ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਦੀ ਇਹ ਗੱਡੀ ਜਿਸ 'ਤੇ ਲਿਖਿਆ ਗਿਆ, ਇਹਨਾਂ ਵੱਲੋਂ ਇੱਥੇ ਇੱਕ ਰੋਂਗ ਪਾਰਕ ਕੀਤੀ ਹੋਈ ਗੱਡੀ ਜਿਹੜੀ ਹੈ ਚੌਂਕ ਦੇ ਵਿੱਚ, ਛੋਟੀ ਜਿਹੀ ਮੰਗ ਹੈ ਕਾਨੂੰਨ ਇੱਥੇ, ਇਹ ਗੱਡੀ ਜਿਹੜੀ ਹੈ ਇੱਥੋਂ ਟੋ ਕਰਕੇ ਲਿਜਾਣ ਲੱਗੇ ਸੀ, ਜਿਸ ਦਾ ਵਿਰੋਧ ਕੀਤਾ ਗਿਆ। ਚਲਾਨ ਜ਼ਰੂਰ ਕਟਾ ਲਿਆ ਗਿਆ, ਪਰ ਇਹਨਾਂ ਭਾਈ ਸਾਹਿਬ ਵੱਲੋਂ ਜਿਨ੍ਹਾਂ ਦੀ ਇਹ ਕਾਰ ਹੈ, ਇਹਨਾਂ ਵੱਲੋਂ ਉਸ ਟੋ ਵਾਲੀ ਮਸ਼ੀਨ ਦੀ ਜੋ ਗੱਡੀ ਸੀ, ਟੋ ਗੱਡੀ ਸੀ ਟੋ ਵਾਲੀ, ਜਿਹਨਾਂ ਵੱਲੋਂ ਗੱਡੀ ਟੋ ਕਰਕੇ ਲਿਜਾਈ ਜਾ ਰਹੀ ਸੀ, ਉਸ ਦੇ ਡਰਾਈਵਰ ਨੂੰ ਲਾਇਸੈਂਸ ਦਿਖਾਉਣ ਦੀ ਮੰਗ ਕੀਤੀ ਗਈ, ਗੱਡੀ ਦੇ ਪੇਪਰ ਦਿਖਾਉਣ ਦੀ ਮੰਗ ਕੀਤੀ ਗਈ, ਜੋ ਮੌਕੇ 'ਤੇ ਉਹ ਡਰਾਈਵਰ ਨਹੀਂ ਦਿਖਾ ਸਕਿਆ। ਤਾਂ ਹੁਣ ਲੋਕਾਂ ਦੇ ਵਿਰੋਧ ਕੀਤੇ ਜਾਣ 'ਤੇ ਟ੍ਰੈਫਿਕ ਪੁਲਿਸ ਮੌਕੇ 'ਤੇ ਪਹੁੰਚੀ ਹੈ, ਔਰ ਉਸ ਵਹੀਕਲ ਦਾ ਜੋ ਲੋਕਾਂ ਦੀਆਂ ਰੋਂਗ ਪਾਰਕ ਕੀਤੀਆਂ ਹੋਈਆਂ, ਟ੍ਰੈਫਿਕ ਪੁਲਿਸ ਦੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀਆਂ ਗੱਡੀਆਂ ਨੂੰ ਟੋਅ ਕਰਦੀ ਹੈ, ਅੱਜ ਉਸ ਗੱਡੀ ਦਾ ਹੀ ਜਿਹੜਾ ਹੈ ਆਖਿਰਕਾਰ ਚਲਾਨ ਕੱਟ ਦਿੱਤਾ ਗਿਆ। ਟ੍ਰੈਫਿਕ ਪੁਲਿਸ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ, ਪਰ ਨਾਲ ਹੀ ਪੁਲਿਸ ਵੱਲੋਂ ਜਿਸ ਕੰਪਨੀ ਨੂੰ ਠੇਕਾ ਦਿੱਤਾ ਗਿਆ, ਹੈਰਾਨੀ ਦੀ ਗੱਲ ਹੈ ਕਿ ਟ੍ਰੈਫਿਕ ਪੁਲਿਸ ਵੱਲੋਂ ਖੁਦ ਉਸ ਕੰਪਨੀ ਦੇ ਗੱਡੀਆਂ ਦੇ ਕਾਗਜ਼ਾਤ ਨਹੀਂ ਚੈੱਕ ਕੀਤੇ ਜਾਂਦੇ। ਦੱਸਿਆ ਜਾ ਰਿਹਾ 18 ਸਾਲ ਤੋਂ ਵੱਧ ਪੁਰਾਣੀ ਗੱਡੀ ਹੈ, ਇਸ ਦੀ ਆਰਸੀ ਨਹੀਂ ਹੈ, ਇਸ ਦੇ ਡਰਾਈਵਰ ਦਾ ਲਾਇਸੈਂਸ ਜਿਹੜਾ ਉਹ ਵੀ ਫੇਕ ਦੱਸਿਆ ਜਾ ਰਿਹਾ ਹੈ। ਤਾਂ ਇਹ ਆਪਣੇ ਆਪ ਵਿੱਚ ਟ੍ਰੈਫਿਕ ਪੁਲਿਸ ਦੀ ਕਾਰਗੁਜ਼ਾਰੀ 'ਤੇ ਵੀ ਇੱਕ ਵੱਡਾ ਸਵਾਲ ਹੈ। ਮਾਮਲਾ ਇਹੀ ਗਾ ਵੀ ਉਹ ਗੱਡੀ ਦੇ ਉੱਤੇ ਮੇਰਾ ਖਿਆਲ ਨੰਬਰ ਪਲੇਟ ਜਾਂ ਕੋਈ ਇੱਦਾਂ ਦੇ ਹੋਇਆ ਇਸ਼ੂ, ਦੇ ਨਾਲ ਗੱਡੀ ਚੁੱਕਣ ਲੱਗੇ ਸੀ। ਇਹ ਪ੍ਰਧਾਨ ਜੀ ਦੀ ਮਾਰਕੀਟ ਦੇ ਪ੍ਰਧਾਨ ਆ, ਉਹਨਾਂ ਨੇ ਕਿਤੇ ਇੱਥੇ ਵੇਖਿਆ ਗੱਡੀ ਚੁੱਕਣ ਲੱਗਿਆ, ਉਹ ਕਹਿੰਦੇ ਤੁਹਾਡੀ ਗੱਡੀ ਜਿਹੜੀ ਉਹ ਗਲਤ ਆ, ਮਤਲਬ ਐਜ ਏ ਰੂਲ ਸਹੀ ਨਹੀਂ। ਅਤੇ ਉਹ ਆਪਾਂ ਦੇਖ ਲੈਂਦੇ ਜੇ ਨੰਬਰ ਪਲੇਟ ਹੋਊਗਾ ਤਾਂ ਉਹਦਾ ਵੀ ਆਪਾਂ ਚਲਾਨ ਕਰ ਦਾਂਗੇ, ਇਹਦੇ ਵਿੱਚ ਕਿਹੜੀ ਗੱਲ। ਇਹ ਜਿਹੜੀ ਪ੍ਰਾਈਵੇਟ ਗੱਡੀ ਹੈ ਟ੍ਰੈਫਿਕ ਪੁਲਿਸ ਅੰਮ੍ਰਿਤਸਰ ਲਿਖ ਸਕਦੀ ਨਹੀਂ? ਜਦੋਂ ਆਪਣੇ ਕੋਲ ਠੇਕੇ 'ਤੇ ਤਾਂ ਅਸੀਂ ਮਤਲਬ ਲੈ ਕੇ ਉਹਨਾਂ ਨਾਲ ਸਾਰੀ ਕਮਿਟਮੈਂਟ ਹੋਈ ਹੁੰਦੀ ਆ, ਉਹ ਲਿਖ ਸਕਦੇ ਕਿਉਂਕਿ ਟ੍ਰੈਫਿਕ ਦਾ ਕੰਮ ਕਰ ਰਹੇ ਨੇ। ਸਪੀਕਰ ਲਾਏ ਹੋਏ ਨੇ, ਉਹ ਜੇ ਨਾ ਲੱਗੀ ਹੋਊ ਤਾਂ ਜ਼ਰੂਰ ਲਾਇਸੈਂਸ ਹੈਗਾ ਉਹਦਾ। ਨਹੀਂ ਨਹੀਂ ਲਾਈਟ ਵਹੀ ਚੱਲਦਾ ਨਾ, ਇਹ ਇੱਦਾਂ ਨਹੀਂ ਹੁੰਦਾ, ਇਹ ਪੂਰਾ ਬੈਠ ਕੇ ਜਦੋਂ ਆਪਣਾ ਕੋਈ ਚਲਾਉਂਦੇ ਇੱਦਾਂ ਦਾ ਪ੍ਰੋਸੈਸ, ਇਹ ਤਾਂ ਕੋਈ ਗਲਤ ਨਹੀਂ ਹੁੰਦਾ। ਜਿੱਦਾਂ ਅਸੀਂ ਲੋਕਾਂ ਦੇ ਚਲਾਨ ਕਰਦੇ ਫਿਰ ਉਹਦਾ ਵੀ ਚਲਾਨ ਕਰ ਦਾਂਗੇ, ਇਹਦੇ 'ਚ ਕਿਹੜੀ ਸਾਰੀ ਮਾਰਕੀਟ ਦੀ ਐਸੋਸੀਏਸ਼ਨ ਇਕੱਠੀ ਹੋਈ ਹੈ। ਇੱਥੇ ਕੋਈ ਵੀ ਜਦੋਂ ਗੱਡੀ ਆਈ ਜਾਂਦੀ ਹੈ, ਕੋਈ ਹੌਰਨ ਨਹੀਂ ਮਾਰਿਆ ਜਾਂਦਾ, ਕੋਈ ਸਾਇਰਨ ਨਹੀਂ ਮਾਰਿਆ ਜਾਂਦਾ, ਕੋਈ ਅਲਟੀਮੇਟ ਫਟਾਫਟ ਟੋ ਕਰਕੇ ਭਜਾਉਣ ਦੀ ਕਰਦੇ ਨੇ, ਜੋ ਕਿ ਕੋਈ ਬੰਦਾ ਕਈ ਵਾਰੀ ਇੱਥੇ ਦਵਾਈਆਂ ਦੀ ਦੁਕਾਨ ਹੈ, ਐਮਰਜੈਂਸੀ ਕੋਈ ਦਵਾਈ ਵੀ ਲੈਣ ਆਇਆ ਹੁੰਦਾ, ਉਹਦੀ ਵੀ ਗੱਡੀ ਟੋ ਕਰਕੇ ਲੈਂਦੇ, ਉਹ ਵਿਚਾਰਾ ਬਹੁਤ ਪਰੇਸ਼ਾਨ ਹੁੰਦਾ। ਅੱਜ ਅਸੀਂ ਇਹਨਾਂ ਨੂੰ ਪੁੱਛਿਆ ਕਿ ਜਿਹੜੀ ਤੁਸੀਂ ਗੱਡੀ ਟੋ ਕਰ ਰਹੇ ਹੋ, ਕਿ ਉਹ ਗੱਡੀ ਜਿਹੜੀ ਤੁਸੀਂ ਟੋ ਕਰਕੇ ਲੈ ਜਾ ਰਹੇ ਹੋ, ਜਿਹੜਾ ਤੁਸੀਂ ਵਹੀਕਲ ਵਰਤ ਰਹੇ ਹੋ, ਉਹ ਆਪ ਹੀ ਇਲੀਗਲ ਆ। ਉੱਥੇ ਜਿਹੜੇ ਨੰਬਰ ਲੱਗੇ ਆ, ਉਹ ਸਟਿੱਕਰਾਂ ਨਾਲ ਲੱਗੇ ਨੇ, ਨੀਲੀਆਂ ਬੱਤੀਆਂ ਲੱਗੀਆਂ ਨੇ, ਨਾ ਇਹ ਗੱਡੀ ਦਾ ਪੋਲਿਊਸ਼ਨ ਹੈ। 3-3 ਬੰਦੇ ਆ ਗੱਡੀ ਦੇ ਅੱਗੇ ਵਿੱਚ ਬਹਿ ਕੇ ਆ ਰਹੇ ਨੇ, ਔਰ ਡਰਾਈਵਰ ਕੋਲ ਜਿਹੜਾ ਲਾਇਸੈਂਸ ਹੈ ਮਰੂਤੀ 800 ਚਲਾਉਣ ਦਾ, ਨਾ ਕਿ ਹੈਵੀ ਗੱਡੀ ਵਹੀਕਲ ਚਲਾਉਣ ਦਾ। ਜਦ ਇਹ ਲੋਕ ਆਪਣੇ ਕਾਨੂੰਨ ਨੂੰ ਨਹੀਂ ਮੰਨਦੇ, ਤੇ ਸਾਡੇ ਨਾਲ ਤੇ ਇਹ ਬਹੁਤ ਜ਼ਿਆਦਾ ਧੱਕਾ ਕਰ ਰਹੇ ਆ। ਮੰਗ ਅਸੀਂ ਇਹੀ ਕਿ ਜੋ ਵੀ ਤੁਸੀਂ ਕਰਨਾ, ਕਾਨੂੰਨ ਸਾਰਿਆਂ ਲਈ ਹੈ। ਇਹ ਪ੍ਰਾਈਵੇਟ ਗੱਡੀ ਤੇ ਟ੍ਰੈਫਿਕ ਪੁਲਿਸ ਕਿੱਦਾਂ ਲਿਖਿਆ ਜਾ ਸਕਦਾ, ਜਦਕਿ ਕੋਈ ਵੀ ਸਰਕਾਰੀ ਸੰਪਤੀ ਤੇ ਸਰਕਾਰੀ ਨਾਮ ਹੀ ਲੱਗਦਾ। ਇਹ ਬਿਨਾ ਪ੍ਰਾਈਵੇਟ ਗੱਡੀਆਂ 'ਚ ਅਗਰ ਲੱਗੇਗਾ, ਚਲਾਨ ਵੀ ਦੇ ਰਹੇ, ਪ੍ਰਾਈਵੇਟ ਪਰਚੀਆਂ ਦੇ ਰਹੇ ਆ, ਜੋ ਕਿ ਪੰਜਾਬ ਦੇ ਲੋਕਾਂ ਨਾਲ ਬਹੁਤ ਧੱਕਾ ਕਰ ਰਹੇ ਆ, ਲੁੱਟ ਰਹੇ ਨੇ। ਆਉਣ ਵਾਲੇ ਜਿਹੜੇ ਚੋਣ ਜ਼ਰੂਰ ਦੇਖਣੀ ਚਾਹਾਂਗੇ।